ਅਸੀਂ ਸਤਿਗੁਰੂ ਸਿੰਘ ਰੋਡ 'ਤੇ ਸਾਡੀ ਕੰਪਨੀ ਹੈ। ਅਸੀਂ 40 ਸਾਲ ਤੋਂ ਕਰੀਬ ਟਰਾਂਸਪੋਰਟ ਦਾ ਕੰਮ ਕਰਦੇ ਨੂੰ ਮੈਨੂੰ ਹੋ ਗਿਆ। ਸਾਡੇ ਕੋਲ 100 ਦੇ ਕਰੀਬ ਟਰੱਕ ਹੈ। ਪ੍ਰਭੂ ਦੀ ਕਿਰਪਾ ਦੇ ਨਾਲ ਕੰਮ ਬਹੁਤ ਵਧੀਆ ਚੱਲਦਾ, ਅੱਗੇ ਵੀ ਪ੍ਰਭੂ ਦੀ ਕਿਰਪਾ ਨਾਲ ਕੰਮ ਵਧੀਆ ਚੱਲੂਗਾ। ਪਾਪਾ ਕਹਿੰਦੇ ਕਿ ਹਮੇ ਇਹ ਖੁਸ਼ਹਾਲੀ ਔਰ ਤਰੱਕੀ ਆਪਣੇ ਡਰਾਈਵਰੋਂ ਕੇ ਸਾਥ ਵੀ ਸ਼ੇਅਰ ਕਰਨੀ ਚਾਹੀਏ, ਕਿਉਂਕਿ ਵੋ ਵੀ ਹਮਾਰੀ ਫੈਮਿਲੀ ਕੇ ਜੈਸੇ ਹੀ ਹੈ। ਆ ਗਿਆ ਬੇਟਾ। ਹਾਂਜੀ ਪਾਪਾ ਜੀ। ਮੇਰੇ 4 ਬੇਟੀਆਂ ਜੀ। ਸਭਸੇ ਬੜੀ ਹੈ ਜੀ ਸਨਪ੍ਰੀਤ, 16 ਸਾਲ ਕੀ ਹੈ, 11ਵੀਂ ਮੇ ਨਾਨ ਮੈਡੀਕਲ ਕਰ ਰਹੀ ਹੈ, ਵੋ ਵੀ ਇੰਗਲਿਸ਼ ਮੀਡੀਅਮ ਮੇ। ਮੇਰਾ ਸਪਨਾ ਹੈ ਕਿ ਇਹ ਇੰਗਲੈਂਡ ਜਾਂ ਕੈਨੇਡਾ ਜਾ ਕੇ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਕਰੇ। ਆਈ ਐਮ ਪ੍ਰੀਪੇਅਰਿੰਗ ਫਾਰ ਆਈਐਲਟੀਐਸ ਇੰਗਲਿਸ਼ ਐਗਜ਼ਾਮ। ਆਈ ਐਮ ਵਰਕਿੰਗ ਹਾਰਡ ਟੂ ਮੇਕ ਮਾਈ ਫਾਦਰਸ ਡ੍ਰੀਮ ਕਮ ਟਰੂ। ਅਰੇ ਵਾਹ, ਦੇਖਾ ਡਰਾਈਵਰ ਕੀ ਬੇਟੀ ਅੰਗਰੇਜ਼ੀ ਬੋਲ ਰਹੀ ਹੈ। मैं जसपाल पाजी की कंपनी में कई साल से ड्राइवरी का काम कर रहा हूँ। हमारे दोनों बच्चों की फीस जसपाल पाजी देते हैं, हम उन्हें अंग्रेजी स्कूल में पढ़ा रहे हैं। हम चाहते हैं कि हमारी बेटी बड़ी होकर इंजीनियर बने। हमारे दोनों की फैमिली में लड़की तो क्या, लड़का भी इंजीनियर नहीं है। हम चाहते हैं हमारी बेटी बड़ी होकर इंजीनियर बने, इसी में हमारी खुशी है। ड्राइवरों के बच्चों की स्कूल फीस देना, यही मेरी नई सोच है। बच्चे कुछ पढ़ लिख जाएंगे तो कल कुछ बनेंगे और उनके परिवारों की तरक्की होगी, और इसी में हमारी खुशी है। बिजनेस तभी बढ़ेगा जब सोच बदलेगी। क्या आपने भी कोई नई सोच अपनाई है? आइशर नई सोच .com पे हमें बताइए। आइशर HD Pro Series, नया समय नई सोच।